ਸੰਦੀਪ ਦੀ ਰੇੜ ਤੇ ਪਿੱਲਾ ਸਾਂਦਰੇ ਪਿੰਡ ਵਾਲਾ ਬਰਾਲੇ ਭਰਾ ਨੂੰ ਬੇਨਤੀ ਆ ਤੂੰ ਉਹ ਵੀ ਪੂਰਾ ਧਿਆਨ ਦੋਸਤੋ। ਇਹ ਮੈਚ ਜਿਹੜਾ ਹੈਗਾ ਖਜੂਰਲਾ ਦੇ 2019 ਦੇ ਟੂਰਨਾਮੈਂਟ ਦਾ, ਇੱਕ ਪਾਸੇ ਮੰਡਾਲੀ ਦੀ ਟੀਮ ਹੈ, ਦੂਸਰੇ ਪਾਸੇ ਖਜੂਰਲਾ ਦੀ ਟੀਮ ਹੈ। ਖਜੂਰਲੇ 'ਚ ਕਾਫੀ ਮਜੇ ਹੋਏ ਖਿਡਾਰੀ ਖੇਡ ਰਹੇ ਨੇ, ਜਦੋਂ ਕਿ ਮੰਡਾਲੀ ਦੇ ਵਿੱਚ ਕੁਛ ਨਵੇਂ ਪਲੇਅਰ ਜਿਹੜੇ ਉਹ ਖੇਡ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਇਸ ਮੈਚ ਦੇ ਵਿੱਚ ਅਸੀਂ ਤੁਹਾਨੂੰ ਸਕੋਰ ਨਹੀਂ ਦਿਖਾ ਰਹੇ ਹੈਗੇ ਆ, ਇਹ ਜ਼ਿੰਮੇਵਾਰੀ ਤੁਹਾਡੀ ਹੈ ਕਿ ਤੁਸੀਂ ਸਾਨੂੰ ਦੱਸੋ ਕਿ ਕਿਹੜੀ ਕਿਹੜੀ ਟੀਮ ਦੇ ਕਿੰਨੇ ਕਿੰਨੇ ਪੁਆਇੰਟ ਰਹੇ। ਇੱਥੋਂ ਪਤਾ ਲੱਗੂਗਾ ਕਿ ਤੁਸੀਂ ਕਿ ਮੈਚਾਂ ਨੂੰ ਕਿੰਨੇ ਕੁ ਧਿਆਨ ਨਾਲ ਦੇਖਦੇ ਹੋ। ਇੰਜੋਏ ਕਰੋ ਇਸ ਮੈਚ ਨੂੰ, ਜੇ ਵਧੀਆ ਲੱਗਿਆ ਥੱਲੇ ਆ ਰਹੇ ਥੰਬਸ ਅਪ ਦੇ ਬਟਨ 'ਤੇ ਕਲਿੱਕ ਕਰ ਦੇਣਾ। ਜੇਕਰ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਥੱਲੇ ਆ ਰਹੇ ਲਾਲ ਬਟਨ ਨੂੰ ਕਲਿੱਕ ਕਰਕੇ ਗ੍ਰੇ ਕਲਰ ਦਾ ਕਰ ਦਿਓ ਅਤੇ ਮੈਚ ਦਾ ਆਨੰਦ ਮਾਣੋ। ਆਓ ਰੇਡ ਪੈਣ ਲੱਗੀ ਸੀ ਵਾਲਿਆ ਚੱਕ ਨਾਇਕ ਤੇ ਕਰ ਗਿਆ ਮੁੰਡੇ ਜੀ, ਪਹਿਲੀ ਰੇਡ ਪਾਉਣ ਦੇ ਲਈ ਕੌਣ ਵਧੇਗਾ ਮੇਰੇ ਮਿੱਤਰੋ? ਓਏ ਆ ਗਿਆ ਸੰਦੀਪ ਲੱਦਰ ਕਬੱਡੀ ਪਾਉਣ ਦੇ ਲਈ, ਕਿ ਨਾਮ ਸੰਦੀਪ ਕਬੱਡੀ ਵਿੱਚ ਲੱਗੇ ਹਰਜੀਤ ਕਿ ਅੰਦਰ ਮੈਦਾਨੇ ਜਾਂਦਾ ਧੂੜਾ ਪੱਟਦਾ ਕਿ ਫੇਰ ਕੇ ਕਬੱਡੀ ਪਾਉਂਦਾ ਪਿੰਡ ਤੁਰਦਾ ਇਹ ਜੜਦਾ ਤਾੜੀਆਂ ਮਾਰ ਲਓ ਸੰਦੀਪ ਦੇ ਨਾਂ ਤੇ ਬਿੱਲਾ ਸਾਂਦਰੇ ਦਾ ਤੇ ਲਾਵਾ ਤੇ ਨਾਲ ਬੜੇ ਪਿੰਡੀਆ ਗੱਗੂ ਤੇ ਕਾਲੀ ਸਾਰੀ ਪਿੰਡ ਦਾ ਪ੍ਰਿੰਸ ਚਾਰ ਜਾਫੀ ਨੇ ਮਰਾਲੀ ਦੀ ਟੀਮ ਦੇ ਸੰਦੀਪ ਦੀ ਰੇਡ ਤੇ ਬਿੱਲਾ ਸਾਂਦਰੇ ਪਿੰਡ ਵਾਲਾ ਸੰਦੀਪ ਵੀ ਟੰਗਿਆ ਉਹ ਬਾਈ ਹੱਲਾ ਗੁੱਲਾ ਹੋ ਗਿਆ ਤੇ ਨਹੀਂ, ਹੁਣ ਤਾਰੇ ਤੋਂ ਪੜੇ ਕੀ ਹੈ ਪਰ ਇਹ ਕੁਝ ਨੀ, ਤਾਰਿਆਂ ਤੋਂ ਹੱਲਾ ਗੁੱਲਾ ਹੋ ਗਿਆ। ਆਓ ਸਾਹਮਣੇ ਕਹਿੰਦੇ ਕਬੱਡੀ ਤਾਰੀ ਹੈ, ਆਓ ਰੇਡ ਤੇ ਕਹਿੰਦੇ ਚਾਰ, ਆਓ ਟਰਾਈ ਕੀਤੀ ਹੈ ਬੰਦੇ ਨੇ ਨੰਬਰ ਜਿਹੜਾ ਰੋਡਰ ਦੇ ਹਿੱਸੇ ਜੁੜਦਾ ਹੋਇਆ, ਆ ਮੈਚ ਕਹਿੰਦੇ ਸਿਰੇ ਦਾ ਮੈਚ ਹੈ, ਆਓ ਪਾਰਾ ਕਹਿੰਦੇ ਧੂੜ ਕੋਟੀਆ, ਆਓ ਕਬੱਡੀ ਪਾਉਣ ਦੇ ਲਈ ਵਧੀਆ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ। ਉੱਧਰ ਕੋਟੀ ਰੰਗੀਲਾ ਰੰਗੀਲੀਆ ਆਹੀ ਰੰਗ ਦੀ ਗੱਡੀ ਦੇਣੀ ਹੈ, ਦਲਜੀਤ ਆਇਆ ਹੋਣਾ ਇਹੀ ਰੰਗ ਦੀ ਕਹਿੰਦੇ ਗੱਡੀ, ਆਓ ਪਾਰਾ ਧੂੜ ਕੋਟੀਆ ਕਹਿੰਦੇ ਕਬੱਡੀ ਪਾ ਰਿਹਾ ਜਿਲ੍ਹੇ ਬਰਨਾਲੇ ਦੇ ਵਿੱਚ, ਆਓ ਬਰਨਾਲੇ ਦੇ ਵਿੱਚੋਂ ਕਹਿੰਦੇ ਚੱਲ ਕੇ ਆਇਆ ਹੈ ਸਾਹਮਣੇ ਕਹਿੰਦੇ ਬੁੱਬੂ ਭੜੇ ਪਿੰਡਿਆ ਦੁਨੀਆ ਜੱਥਾ ਚਾਹੁੰਦੀ ਹੈ, ਦੁਨੀਆ ਕੁਝ ਕਰਾਰਾ ਭਾਲਦੀ ਹੈ, ਐਨ ਕਹਿੰਦੇ ਸਵਾਦ ਬਚੇਗਾ ਮੇਰੇ ਮਿੱਤਰੋ। ਔਲਖਾਂ ਦਾ ਮਿੱਤਰ ਜਿਹਨੇ ਮੱਥੇ ਦੇ ਵੇਲੇ ਤੇ ਜੱਫੇ ਤੇ ਫੋਰ ਟਰੈਕਟਰ, ਓਹੋ ਬੱਲੇ 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 ਧਾਲੀਵਾਲ ਪੇਟ ਪਿੰਡ ਹੈ ਸੁਭਾਨਪੁਰ ਦਾ ਏਰੀਆ, ਇਹ ਤਾੜੀ ਤੇ ਬਣਦੀ ਹੈ ਮੇਰੇ ਮਿੱਤਰੋ ਜੂਰੇ ਕਹਿੰਦੇ ਆ ਥਾੜ ਥਾੜ ਸੀਲਾ ਤੇ ਸਿੱਖਾ ਸਲਾਦ ਆ ਖਜੂਰਲੇ ਦੇ ਮੇਲੇ ਦਾ, ਕਹਿੰਦੇ ਹੱਲਾ ਗੁੱਲਾ ਸਾਹਮਣੇ ਕਹਿੰਦੇ ਉਸ ਵੇਲੇ ਕੌਣ, ਇੱਧਰ ਕਹਿੰਦੇ ਲੋਪੋ ਕੇ ਵਾਲਾ, ਲੋਪੋ ਕੇ ਵਾਲਾ ਕਹਿੰਦੇ ਨਿਰਮਲ ਉਸ ਵੇਲੇ ਰੋਡ ਪਾ ਰਿਹਾ ਹੈ। ਇੱਕ ਮੇਰੀ ਬੇਨਤੀ ਜਿਹੜੇ ਸਪੇਅਰ ਖਿਡਾਰੀ ਕਿਰਪਾ ਕਰਕੇ ਬੈਠ ਜਾਣ, ਜਿਹੜੇ ਸਪੇਅਰ ਖਿਡਾਰੀ ਨੇ ਉਹ ਕਿਰਪਾ ਕਿਰਪਾ ਕਰਕੇ ਬੈਠ ਜਾਣ, ਜਿਹੜੇ ਸਪੇਅਰ ਖਿਡਾਰੀ ਆਏ ਆ ਲੋਕੋ ਕੇ ਵਾਲਾ ਨਿਰਮਲ ਕਹਿੰਦੇ ਇੱਕ ਤਗੜੇ ਨੰਬਰ ਦਾ ਵਾਅਦਾ ਕਰਦਾ ਹੋਇਆ, ਆਓ ਰੇਡ ਪੈ ਜੀ ਤੇ ਦਿਲਸਾਦ ਗੱਲ ਕਰਦਾ, ਮੈਂ ਰੇਡ ਕਹਿੰਦੇ ਜੋਗੀ ਦੀ ਪੈ ਰਹੀ ਹੈ ਤੇ ਜੋਗੀ ਉੱਧਰ ਪਖਾਰੋ ਆਏ
ਇੱਥੇ ਦੀ ਧੂਪ ਸੁਣ ਕੇ ਪਰ ਜਿਹੀ ਵੀ ਰੇਡ ਔਖਾ ਵਾਲਾ ਸ਼ਕਰਪੁਰੀ ਆ ਤੇ ਬਿੱਲੀ ਤੇ ਕਹਿੰਦੇ ਲੱਖਾਂ ਸਰਾਵਾਂ ਪਿੰਡਦਾ ਫਰਿਆਦ ਅਲੀ ਅੱਲਾਹੂ 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 ਦਾ ਵਾਜਾ ਆਵੇ ਬਿੱਲੀ ਨੰਬਰ ਉਹਦਾ ਹੀ ਨਜ਼ਾਰਾ ਆਉਂਦਾ ਤੇ ਰੋਲਾ ਰੱਬਾ ਜਿਹੜੇ ਸੁਫੇਰ ਪਰੇਰਾ ਬਹਿ ਜਾਓ ਕਿਰਪਾ ਕਰਕੇ ਮੇਰੀ ਬੇਨਤੀ ਹੈ ਵੀਰ ਜੀ ਉਹ ਜਿਹੜੇ ਭਰਾਣਾ ਨੇ ਕੌਡੀ ਦੀ ਪੌੜੀ ਜੱਸਾ ਨਹੀਂ ਲਾਉਣਾ ਬੈਠਣ ਬੈਠਣ ਖੇਡਦੇ ਆਪਾਂ ਬਹਿ ਜਾਓ ਮੇਰੀ ਬੇਨਤੀ ਹੈ ਪਿਆਰ ਨਾਲ ਪਿਆਰ ਨਾਲ ਪਿਆਰ 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 ਨਾਲ ਪਿਆਰ ਦੀ ਖੇਡ ਹੈ ਪਿਆਰ ਨਾਲ ਪਿਆਰ ਨਾਲ ਭਾਵੇਂ ਮਿਰਚਾਂ ਵੇਚ ਲਓ ਤੇ ਗੁੱਸੇ ਵਾਲੇ ਬੰਦੇ ਦੀ ਖੰਡ ਨਹੀਂ ਵਿਕਦੀ ਇਹ ਖੇਡ ਹੀ ਪਿਆਰ ਦੀ ਹੈ ਨਾਲੇ ਉਹ ਬਾਈ ਕਹਿੰਦੇ ਕਿ ਗਾਲ ਕਦੀ ਉੱਚੀ ਨਹੀਂ ਬੋਲਣਾ ਮੇਰੀ ਬੇਨਤੀ ਹੈ ਉੱਚੀ ਨਹੀਂ ਬੋਲਣਾ ਇਹਦੇ ਨਾ ਜੀਭ ਚ ਕੋਈ ਹੱਡੀ ਨਹੀਂ ਹੁੰਦੀ ਹੱਡ ਤੁੜਾ ਬਹੁਤ ਹੁੰਦੀ ਹੈ ਪਹਿਲਾਂ ਹੀ ਆਪਾਂ ਰੱਖੀਏ ਜਿੰਨੀ ਸਮਝਦੀ ਸਮਝਾ ਕੇ ਮੇਰੀ ਬੇਨਤੀ ਹੈ ਮੇਰੇ ਭਰਾ ਹੋ ਤੁਸੀਂ ਪਿਆਰ ਦੀ ਖੇਡ ਹੈ ਪਿਆਰ ਦੇ ਨਾਲ ਕਿਉਂਕਿ ਜੇ ਇੱਕ ਵਾਰੀ ਖੇਡ ਵਿਗੜ ਗਈ ਫੇਰ ਲੋਟ ਨਹੀਂ ਆਉਣੀ ਕਿਉਂਕਿ ਪਿਆਰ ਬਣਿਆ ਤੇ ਬਣਿਆ ਰਵੇ ਭਾਈ ਥੋੜਾ ਪਿੱਛੇ ਪਿੱਛੇ ਹੋਵੇ ਆਹ ਲਾਈਨ ਛੱਡ ਦੋ ਪਿੱਛੇ ਹੋ ਰਹੀ ਲਾਈਨ ਤੋਂ ਪਿੱਛੇ ਹੋ ਰਹੀ ਲਾਈਨ ਤੋਂ ਪਿੱਛੇ ਆਹ ਹੀ ਰੌਲਾ ਉੱਥੇ ਪਿਆ ਲਾਈਨ ਤੋਂ ਪਿੱਛੇ ਹਟ ਜਾਓ ਵੀਰ ਜੀ ਬਈ ਮੇਰੀ ਰੈਫਰੀਆਂ ਨੂੰ ਬੇਨਤੀ ਵੀ ਜਿੰਨੇ ਵੀ ਰੈਫਰੀ ਆ ਸਾਰੇ ਗਰਾਊਂਡ ਜਾ ਦੋ ਜਿੰਨੇ ਵੀ ਰੈਫਰੀ ਆ ਸਾਰੇ ਗਰਾਊਂਡ ਜਾ ਦੋ ਕਿਰਪਾ ਕਰਕੇ ਪਿਆਰਾ ਵੀਰ ਕਹਿੰਦਾ ਪ੍ਰਬੰਧਕ ਕਹਿ ਰਹੇ ਵੀ ਜਿੰਨੇ ਵੀ ਰੈਫਰੀ ਆ ਸਾਰੇ ਗਰਾਊਂਡ ਜਾ ਦੋ ਮੈਨੂੰ ਲੱਗਦਾ ਵੀ 7-8 ਰੈਫਰੀ ਆ ਰੈਫਰੀ ਸਾਰੇ ਗਰਾਊਂਡ ਜਾ ਦੋ ਇਹਨਾਂ ਤੁਰਨੇ ਬਈ ਰੈਫਰੀਆਂ ਦਾ ਕੰਮ ਛੱਡ ਕੇ ਲੋਕੀ ਸੀਸੀਟੀਵੀ ਕੈਮਰੇ ਲਾ ਦਿਆ ਕਰਨ ਫਿਰ ਕਹਿੰਦਾ ਬੇਰੁਜ਼ਗਾਰੀ ਵੱਧ ਗਈ ਹੈ ਪਰ ਜਿੰਨਾ ਚਿਰ ਜੀਓ ਫਰੀ ਦਿੰਦਾ ਉਹਨਾਂ ਚਿਰ ਬੇਰੁਜ਼ਗਾਰੀ ਨਹੀਂ ਵੱਧਦੀ ਜਿੱਥੇ ਨੈੱਟ ਬੰਦ ਹੋਇਆ ਉਦੋਂ ਸਾਰਿਆਂ ਨੇ ਸੜਕਾਂ ਤੇ ਆਉਣਾ ਫਿਰ ਬੇਰੁਜ਼ਗਾਰੀ ਦਾ ਪਤਾ ਲੱਗਣਾ ਮੇਰੀ ਬੇਨਤੀ ਆ ਵੀ ਮੈਚ ਅਮਰੀਕ ਆ ਜਿਹੜੇ ਵੀਰ ਵਿੱਚ ਖੜੇ ਆ ਨਾ ਕੱਪੜੇ ਪਾਏ ਜਿਹਨਾਂ ਦੇ ਬੋਤਲਾਂ ਮੇਰੇ ਕੋਈ ਗੱਲ ਨੀ ਪਿਆਸਾ ਕੂਏ ਤਾਂ ਕਾਪੀ ਆ ਜਾਊ ਆਪਾਂ ਬਾਹਰ ਆ ਜਾਈਏ ਭਰਾ ਹੀ ਆ ਸਾਡੇ ਕੋਈ ਗੱਲ ਨੀ ਛੋਟੇ ਭਰਾ ਬਣ ਕੇ ਬਾਹਰ ਆ ਜਾਓ ਭਰਾ ਨੇ ਸਾਡੇ ਵੀਰ ਨੇ ਸਾਡੇ ਬੋਤਲਾਂ ਤਾਂ ਕਾਪੀ ਪਹੁੰਚ ਜਾਣਾ ਜਿਹਨੂੰ ਪਿਆਸ ਲੱਗੀ ਹੈ ਬੇਨਤੀ ਆਪਾਂ ਪਿੱਛੇ ਭਾਜੀ ਭਰਾ ਪਿੱਛੇ ਆ ਜਾਈਏ ਵੀਰੇ ਇਹਨਾਂ ਦਾ ਕੀ ਕਸੂਰ ਆ ਜਿਹੜੇ ਤੜਕੇ ਦੇ ਬੈਠੇ ਆ ਆਹ ਮੈਚ ਦੇਖਣ ਨੂੰ ਆ ਜਾ ਮੇਰਾ ਵੀਰ ਸਾਰੀ ਦਿਹਾੜੀ ਸੂਰਜ ਦਾ ਮੇਹਣੋ ਮੇਣੀ ਹੋਏ ਅੱਜ ਮੇਰੀ ਬੇਨਤੀ ਹੈ ਸਾਰਾ ਦੁਪਹਿਰਾ ਸਿਰ ਉੱਤੋਂ ਵੀ ਲੰਘਿਆ ਹੁਣ ਸਵਾਦ ਲੈਣ ਦਾ ਟਾਈਮ ਹੈ ਤੇ ਸਵਾਦ ਲੈ ਲੈਣ ਦੀ ਇਹਨਾਂ ਨੂੰ ਮੇਰੀ ਬੇਨਤੀ ਹੈ ਮੇਰੇ ਭਰਾ ਜਿਹੜੇ ਆ ਸਪੇਅਰ ਖਿਡਾਰੀ ਉਹ ਬਹਿ ਜਾਣ ਕਿਰਪਾ ਕਰਕੇ ਅਸੀਂ ਸਪੇਅਰ ਨਹੀਂ ਕਹਿੰਦੇ ਅਸੀਂ ਇਹ ਕਹਿੰਦੇ ਜਿਹੜੇ ਐਕਸ਼ਨ ਦੇ ਵਿੱਚ ਨਹੀਂ ਹੈਗੇ ਉਹ ਕਿਰਪਾ ਕਰਕੇ ਬੈਠ ਜਾਣ ਪਿਆਰ ਦੇ ਨਾਲ ਮੈਨੂੰ ਲੱਗਦਾ ਪਰ ਤੇਰੀ ਅੱਗੇ ਲੱਗਦੇ ਪਾਸੇ ਨੂੰ ਆ ਗਿਆ ਪਰ ਮੁੰਡਾ ਹੁਣ ਤੇ ਕਹਿੰਦੇ ਫਿਲਮਾਂ ਦੇ ਵਿੱਚ ਆ ਗਿਆ ਗਾਣਿਆਂ ਦੇ ਵਿੱਚ ਆ ਗਿਆ ਕਿਹੜੀ ਪਿਆਰ ਦੀ ਹੈ ਕਿਉਂਕਿ ਪਿਆਰ ਨਾਲ ਜਿਹੜਾ ਹਾਲੋ ਜੋ ਦੇ ਨਾਲ ਦੀ ਰਹੀ ਸੀ ਨਹੀਂ ਸਿਆੜੇ ਕਹਿੰਦੇ ਨਾ ਇੱਕ ਵਾਰੀ ਟੁੱਟ ਕੇ ਜੁੜੀ ਰਿਸ਼ਤੇਦਾਰੀ ਤੇ ਦੁਬਾਰਾ ਤੱਤੀ ਕੀਤੀ ਚਾਹ ਦਾ ਸਵਾਦ ਪਹਿਲਾਂ ਨਹੀਂ ਰਹਿੰਦਾ ਬੇਸ਼ੱਕ ਗੱਲ ਬਾੜੀ ਜਾਵੇ ਬਾਅਦ ਚ ਪਰ ਦਿਲਾਂ ਚ ਗਰਾਊਂਡ ਇੱਥੇ ਹਾਰ ਅੰਮ੍ਰਿਤ ਕੋਈ ਨਹੀਂ ਚਾਹੁੰਦਾ ਹੈ ਨਾ ਯੁੱਧ ਦਾ ਮੈਦਾਨ ਕੋਈ ਹਾਰ ਨਹੀਂ ਚਾਹੁੰਦਾ ਤੇ ਫੁੱਲਾਂ ਵਾਲੀ ਦੁਕਾਨ ਤੇ ਜਾ ਕੇ ਆਪਾਂ ਆਪ ਹੀ ਕਹਿੰਦੇ ਮੈਨੂੰ ਹਾਰ ਦੇ ਦਿਓ
ਜਿਹੜੀ ਲਾਈਨ ਹੈ ਨਾ ਲਾਈਨ ਕਲੀਅਰ ਕਰਾ ਲਓ ਮੇਰੇ ਭਰਾ ਵੜ ਕੇ ਜਿਹੜੇ ਵੀਰ ਹੈ ਸਾਡੇ ਜਿਹੜੇ ਸਾਰੇ ਸਿਆਣੇ ਉਹ ਪਿੱਛੇ ਹਟ ਜਾਣਗੇ ਜਿਹੜੇ ਸਿਆਣੇ ਹੈ ਜਿਹੜੇ ਸਮਝਦੇ ਆ ਉਹ ਜਿਹੜੇ ਸਿਆਣੇ ਉਹ ਆਪ ਹੀ ਪਿੱਛੇ ਹਟ ਜਾਣਗੇ ਆਪਾਂ ਦੇ ਰਹੇ ਹੋਰ ਸਿਆਣੇ ਕੌਣ ਕੌਣ ਹੈ ਜਿਹੜੇ ਸਿਆਣੇ ਉਹ ਪਿੱਛੇ ਹਟ ਜਾਓ ਕਿਰਪਾ ਕਰਕੇ ਉਹ ਬਈ ਮੈਂ ਤੁਹਾਨੂੰ ਕਹਿੰਦਾ ਇੱਕ ਸਿਆਣੇ ਉਹ ਹੁੰਦੇ ਜਿਹੜੇ ਭੂਪਾ ਜਿਹੜੇ ਸਿਆਣੇ ਭੂਪਾ ਕੱਢਦੇ ਉਹਨਾਂ ਦੀ ਗੱਲ ਨਹੀਂ ਕਰਦਾ ਮੇਰੀ ਬੇਨਤੀ ਹੈ ਭਰਾ ਵੜ ਕੇ ਪਿੱਛੇ ਹਟ ਜਾਓ ਜਲਦੀ ਨਾਲ ਮੈਚ ਆਪਾਂ ਸ਼ੁਰੂ ਕਰ ਦਈਏ ਜਹਾਜ ਕੋਚ ਭਰਾ ਜਲਦੀ ਨਾਲ ਮਿੱਤਰਾਂ ਦੀ ਮੋਟਰ ਦਾ ਵੀ ਧੰਨਵਾਦ ਆ ਬਿੰਦਰੀ ਬਾਈ ਕੀਪਾ ਬਾਈ ਤੇ ਸ਼ੁਨੂ ਬਾਈ ਉਹਨਾਂ ਦਾ ਸਾਰੇ ਭਰਾਵਾਂ ਦਾ ਧੰਨਵਾਦ ਆ ਦੱਸ ਦੇ ਲਈ ਵੱਡਾ ਮਾਣ ਪਹੁੰਚਦਾ ਕਰਦੇ ਆ ਧੰਨਵਾਦ ਆ ਬੇਨਤੀ ਆ ਵੀ ਮੈਚ ਪਲੇਅਰ ਵੀ ਥੋੜਾ ਜਿਹਾ ਮੱਲੀ ਸਾਹਿਬ ਦੁਬਾਰਾ ਰੇਡ ਪੈਣ ਲੱਗੀ ਹੈ ਉਹ ਕਹਿੰਦੇ ਦੁਬਾਰਾ ਰੇਡ ਇੱਧਰ ਹੀ ਕਹਿੰਦੇ ਜੀ ਨਹੀਂ ਬਾਕੀ ਬਾਹਰ ਆ ਜਾਓ ਜੀ ਮੇਰਾ ਭਰਾ ਬਣ ਕੇ ਜਿਹੜੇ ਇੱਧਰ ਖੜੇ ਆ ਨਾ ਉਹ ਪਿੱਛੇ ਪਿੱਛੇ ਹੋ ਜਾਓ ਭਰਾ ਭਾਜੀ ਮਿੱਤਰਾਂ ਦੀ ਮੋਟਰ ਨਾਲ ਵੱਡਾ ਧੰਨਵਾਦ ਆ ਮੈਚ ਫੇਰ ਸਟਾਰਟ ਮੇਰੇ ਮਿੱਤਰੋ ਉਧਰ ਕਹਿੰਦੇ ਬਿੰਦਰੀ ਹੋਣੀ ਕੀਪੀ ਹੋਣੀ ਸਾਡੇ ਭਰਾ ਕਹਿੰਦੇ ਵੱਡਾ ਮਾਣ ਪਾਉਂਦਾ ਕਰਦੇ ਪਰ ਇੱਧਰ ਕਹਿੰਦੇ ਇਹ ਆ ਸਲਾਮਾਂ ਭਰਾ ਜਿਹਨੇ ਭੰਗੜੇ ਭੰਗੜੇ ਭੱਲੇ 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 ਹੋ ਗਈ ਮਿੱਤਰੋ ਆਓ ਮੇਰੀ ਬੇਨਤੀ ਆਏ ਮੇਰੇ ਭਰਾ ਬਣ ਕੇ ਲਾਈਨ ਉੱਥੇ ਕਲੀਅਰ ਕਰ ਲਓ ਵੀਰ ਜੀ ਲਾਈਨਾਂ ਕਲੀਅਰ ਕਰ ਲਓ ਬੇਨਤੀ ਆ ਵੀ ਲਾਈਨਾਂ ਜਿਹੜੀਆਂ ਕਲੀਅਰ ਕਰ ਲਓ ਲਾਈਨਾਂ ਕਲੀਅਰ ਕਰ ਲਓ ਕਿਰਪਾ ਕਰਕੇ ਬਾਹਰਲਾ ਬੰਦਾ ਨਾ ਬੋਲੇ ਵੀਰ ਕੋਈ ਨੀ ਮੇਰਾ ਭਰਾ ਤੁਸੀਂ ਕੁਛ ਨੀ ਕਰਨਾ ਇੱਕ ਹੱਲ ਹੈ ਬੱਲੀ ਸਾਹਿਬ ਬਾਹਰੋਂ ਬੋਲਣ ਲੱਗਾ ਸੀ ਡੀ ਉਹਦੇ ਗੱਲ ਚ ਪਾ ਦੇ ਤੂੰ ਰੈਫਰੀ ਕਰ ਆਹੀ ਗੱਲ ਆ ਬਸ ਉਧਰੋਂ ਬਾਹਰ ਹੋ ਜਾਓ ਵੀਰ ਬਣ ਕੇ ਜਾਂ ਬਹਿ ਜਾਓ ਭਾਈ ਬਣ ਕੇ ਯਾਰ ਜਿਹਨਾਂ ਟੀ ਸ਼ਰਟਾਂ ਪਾਈਆਂ ਬਹਿ ਜਾਓ ਵੀਰੇ ਮੇਰੀ ਬੇਨਤੀ ਹੈ ਇੱਕ ਹੀ ਬੇਨਤੀ ਹੈ ਮੱਲੀ ਸਾਹਿਬ ਉਹੀ ਹੈ ਵੀ ਜਿਹੜਾ ਬਾਹਰੋਂ ਬੋਲਦਾ ਸੀ ਡੀ ਉਹਦੇ ਗੱਲ ਚ ਪਾ ਦੇ ਤੂੰ ਰੈਫਰੀ ਕਰ ਅਸੀਂ ਬਹਿੰਦੇ ਆ ਆਓ ਸਾਹਮਣੇ ਰੇਡ ਪੈ ਰਹੀ ਕਈ ਵਾਰੀ ਯਾਰ ਜੱਜਾਂ ਨੂੰ ਵੀ ਵਕੀਲ ਕਰਨੇ ਪੈਂਦੇ ਆ ਥੋੜਾ ਥੇੜਾ ਰੱਖਿਆ ਕਰੋ ਆਓ ਕਹਿੰਦੇ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਦਿਲਸਾਨ ਹੁਣ ਕਰ ਗੱਲ ਤੁਹਾਡੇ ਮੈਂ ਭੂਰੀ ਛੰਨਾ ਵਾਲਾ ਮੇਰੇ ਮਿੱਤਰੋ ਰੇਡ ਪਾ ਰਿਹਾ ਸਾਹਮਣੇ ਬੜੇ ਪਿੰਡੀਆਂ ਗੱਗੂ ਤੇ ਆਏ ਸੰਦਰੇ ਵਾਲਾ ਬਿੱਲਾ 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 ਤੇ ਭੂਰੀ ਕਹਿੰਦੇ ਭੂਰੀ ਅੱਜ ਫੇਰ ਫੇਰ ਕੇ ਸੁੱਟੀ ਜਾਂਦਾ ਹੈ ਭੂਰੀ ਅੱਜ ਫੇਰ ਫੇਰ ਕੇ ਸੁੱਟੀ ਜਾਂਦਾ ਹੈ ਕਹਿੰਦੇ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਉਧਰ ਕਹਿੰਦੇ ਚਾਰ ਜਾਸੀ ਰੇ ਮੰਡਾਲੀ ਦੀ ਟੀਮ ਦਾ ਮੁੰਡਾ ਕਹਿੰਦੇ ਕਬੱਡੀ ਪਾ ਰਿਹਾ ਉਧਰ ਕਹਿੰਦੇ ਜਹਾਜ਼ ਦੀ ਟੀਮ ਆਓ ਲੱਲੀਆਂ ਵਾਲੇ ਦੇ ਵੀ ਕਹਿੰਦੇ ਚਰਚੇ ਹੈ ਲੱਲੀਆਂ ਵਾਲੇ ਦੇ ਵੀ ਕਹਿੰਦੇ ਚਰਚੇ ਹੈ ਓ ਸੰਦੀਪ ਲੁੱਕਰ ਆਓ ਲੁੱਕਰ ਆ ਗਿਆ ਕਹਿੰਦੇ ਰੇਡ ਪਾਉਣ ਦੇ ਲਈ ਓ ਲੁੱਕਰ ਆ ਗਿਆ ਕਹਿੰਦੇ ਕਬੱਡੀ ਪਾਉਣ ਦੇ ਲਈ ਉਧਰ ਪਿੱਲੇ ਵੜ ਗਏ ਮੁੰਡੇ ਲੱਭ ਪੜ ਗਏ ਚਾਰ ਰੇ ਲੁੱਕਰ ਦੀ ਕਹਿੰਦੇ ਕਬੱਡੀ ਖੇ ਨੰਬਰ ਦਸਾਂ ਲੁੱਦਰ ਦਾ ਨੰਬਰ ਹੈ ਮੈਂ ਖੇਡਾਂ ਕਬੱਡੀ ਪਾਉਣ ਦੇ ਲਈ ਤਿਆਰ ਹਾਂ ਮੇਰੇ ਮਿੱਤਰੋ ਤੇ ਸਾਹਮਣੇ ਔਲਖਾ ਵਾਲਾ ਅੰਮ੍ਰਿਤ ਲਓ ਮਾਝੇ ਦੀ ਧਰਤੀ ਦਾ ਇਹ ਫਰਿਆਦ ਆ ਇਹ ਲਲੀਆਂ ਪਿੰਡ ਦਾ ਬਿੱਲੀ ਉਹ ਬਿੱਲੀ ਤੇ ਕਹਿੰਦੇ ਐਨ ਟੱਕਰ ਸਰੇ ਦੀ ਟਿਕਾਣੇ ਦੀ ਉਹ ਬੱਲੇ 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 ਆਹ ਸਵਾਦ ਕਬੱਡੀ ਦਾ ਸਵਾਦ ਨੰਬਰ ਮੇਰੀ ਬੇਨਤੀ ਹੈ ਯਾਰ ਇੱਕ ਜੇ ਉਹ ਮੈਚ ਵਧੀਆ ਚੱਲਦਾ ਫਿਰ ਪਾਸਿਆਂ ਨੇ ਜ਼ਿਆਦਾ ਫੀਲਿੰਗ ਲੈ ਜਾਂਦੇ ਆ ਮੇਰੀ ਬੇਨਤੀ ਹੈ ਚੱਲ ਲੈਂਦੇ ਭਰਾ ਬਣ ਕੇ
कबड्डी आए अमृत वर्गे बड़े वाल कबड्डी दे रेडा पै रही है जसे लग रहे जितना की रहे कोई पता नहीं नंबर जासी है शीश कमारा कहते ला तकड़ा मेरी बेनती जिधर अमरीक बैठा है चिट्टी चित पार रेड़ पा रहे मेरे मित्रों सामने चार ओ पले 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 कहते चिट्ठी वाला ओ भाई खजूर वाली टीम का प्रदर्शन किवें लगता जिन्हों जिन्हों बढ़िया लग्या तारी जोरदार मार दो गया दुनिया खुश है खोसे की आ गया जोगी जोगी रेड पा रहे हैं अमरीशा तोड़ कहानी मुंडे जोगी तो इधर पासे शीशक पिंड का फूला फिरोजपुरी है उधर 500 रुपया नंबरदार ठाकुर सिंह जी खजूर ने भी टीम दल पूजा कर रहे हैं बहुत बड़ा धन्यवाद है के उम्र है छोटी मल्ला ने बड़िया धालीवाल का ताना पाता है चढ़ चढ़ के कबड्डी है उम्र है छोटी मल्ला ने बड़िया है धालीवाल का बाना है मेरे वीर उधर साढ़े नंबरदार साहब उन्होंने वालों भी 500 कहते फूले के लिए पहुंचा हो गया फूले के लिए 500 आता है उधर नंबरदार साहब साढ़े स्वीकार योग ने जीना कहना साढ़े चाचा जी वालों प्यार आया और कहते कबड्डी उस वेले रेड पै रही है मारे दुनिया तेरा भालती है जफा तेरा भालती है तो मुंडा एन हिक च कहते नाग बंगू लड़ता तो नंबर भंडाला वाला कहता अपनी टीम दे जोड़ता है लो निर्मल आ गया लो निर्मल आ गया मेरी बेनती है लाइन तो अंदर ना होवो मेरे भरा बन गए क्योंकि लाइन तो अंदर ना होवो मेरी बेनती है ਇਹ ਸਿਰੇ ਸਿਰੇ ਦੇ ਪਲੇਅਰ ਆਏ ਤੇ ਦੁਨੀਆਂ ਨੂੰ ਸਵਾਦ ਲੈ ਰਹੇ ਨੇ ਆਓ ਕਹਿੰਦੇ ਰੇਡ ਨਰਮਲ ਦੀ ਪੈ ਰਹੀ ਹੈ ਆਓ ਬੱਲੇ ਬੱਲੇ ਹੋ ਗਈ ਮਿੱਤਰੋ ਆਓ ਬੱਲੇ ਬੱਲੇ ਹੋ ਗਈ ਮਿੱਤਰੋ ਮੈਨੂੰ ਲੱਗਦਾ ਵੀ ਖਜੂਰ ਨੇ ਵੀ ਟੀਮ ਚਾਹੁੰਦੀ ਹੈ ਵੀ ਇੱਕ ਵਾਰੀ ਦਬਾਅ ਜਿਹਾ ਬਣਾ ਲਈਏ ਇੱਕ ਵਾਰੀ ਦਬਾਅ ਜਿਹਾ ਬਣਾ ਲਈਏ ਇਹ ਨੰਬਰ ਵਾਲੇ ਭਰਾ ਨੂੰ ਬੇਨਤੀ ਆ ਵੀ ਉਹ ਵੀ ਪੂਰਾ ਧਿਆਨ बाबा जी वालों 500 खुशी दे लई ते नंबरदार साहब उन्हां वालों 1000 खुशी लई मीने दे डैडी जी वालों 500 खुशी दे लई खुशी का जफा करारा मेरे मित्रों लोगों आना नजारा खुशी तकदीर नाल वैर साडा रहा सदा दुख तो असि सत बार कट ले रहे पूछे फड़ खुद तो सी नप के चूल्हे दे चाड़ बल्ले तेरी उम्र ने आनी माड़ा असि भी नहीं करते शिकार बल्ले तेरी उम्र ने आनी महाराज असू जी नहीं करते शिकार बल्ले थोड़ा थोड़ा साइड से इधर ही थोड़ा थोड़ा इधरों जो खड़े अमरीक के सामने वो भरावान बेचते थोड़ा सरपंच अजय कुमार जी उन्होंने वालों 1000 खुशी के लिए सरपंच अजय कुमार जी वालों 1000 खुशी के लिए पैदा होया आओ कहते कबड्डी पै रही इधर हैप्पी होली वीर ने साढ़े आओ कहते सारे भरा पुजे हुए आए आओ सामने नंबर मुंडे ने जोड़ दिता है मैं रेड पाने लिए धूर कोटी है कला मेरे वीर मैं धूर कोटी है कला बरनाले वाला है कि मोटर मित्रा भी चल बरनाले चलीए प्रिंस है नाल बिक
ਕੀ ਆ ਸ਼ੇਖ ਦੌਲਤ ਵਾਲਾ ਹਾਂ ਕਿਵੇਂ ਖੇਡੀ ਆ ਸ਼ੇਖ ਦੌਲਤ ਵਾਲਾ ਬਾਬਾ ਜੀ ਦੇ ਬੇਟਿਆਂ ਵੱਲੋਂ ਪਰਿਵਾਰ ਵੱਲੋਂ ਨਿਆਣਿਆਂ ਵੱਲੋਂ ਦੁਬਈ ਦੇ ਵਿੱਚ ਰਹਿੰਦੇ ਆਏ ਖੁਸ਼ੀ ਜਿੰਨੇ ਜੱਫੇ ਲਾਵੇਗਾ 1000 ਦਿੱਤਾ ਜਾਵੇਗਾ ਆਹ ਪਿੱਕੀ ਹੈ ਕਹਿੰਦੇ ਸ਼ੇਖ ਦੌਲਤ ਵਾਲਾ ਆਹ ਪਿੱਕੀ ਹੈ ਕਹਿੰਦੇ ਹੋ ਪਿੰਡਾ ਭੰਡਾਲ ਵਾਲਾ ਮੇਰੇ ਵੀਰੋ ਕਹਿ ਵੀ ਭੰਡਾਲ ਹੁਣ ਦਾ ਪੇਂਡੂ ਆ ਸਾਡੇ ਵੀਰ ਭਿੰਦੇ ਹੁਣ ਦਾ ਗਰਾਈ ਕਹਿੰਦੇ ਰੇੜ ਭਾ ਰਹੇ ਆ ਸਾਹਮਣੇ ਕਹਿੰਦੇ ਲੱਲੀਆਂ ਵਾਲਾ ਲੱਲੀਆਂ ਵਾਲਾ ਦਿੱਲੀ ਅੱਜ ਨੀ ਤੇ ਕਹਿੰਦਾ ਅੱਜ ਨਾ ਕਰਾਇਆ ਸਵਾਦ ਫਿਰ ਆਉਣਾ ਕਦੋਂ ਲੱਲੀਆਂ ਵਾਲਾ ਕਹਿੰਦਾ ਮੇਰੀ ਬੇਨਤੀ ਜਿਹੜੇ ਵੀਰ ਹੈ ਕਿਰਪਾ ਕਰਕੇ ਸੁਪੇਰ ਪਲੇਅਰ ਨੇ ਭਾਜੀ ਬਹਿ ਜਾਓ ਕਿਰਪਾ ਕਰਕੇ ਜਿਹਦਾ ਅਗਲਾ ਮੈਚ ਹੈ ਮੇਰੇ ਭਰਾ ਫਿਰ ਤੁਸੀਂ ਗੁੱਸਾ ਕਰਨਾ ਮੇਰੀ ਹੱਥ ਬੰਨ ਕੇ ਬੇਨਤੀ ਹੈ ਬਹਿ ਜਾਓ ਬਹਿ ਜਾਓ ਮੇਰੇ ਵੀਰ ਜਿਹੜੇ ਨਹੀਂ ਖੇਡਦੇ ਕਿਰਪਾ ਕਰਕੇ ਤੁਹਾਨੂੰ ਬੇਨਤੀ ਹੈ ਕਿਉਂਕਿ ਦੁਨੀਆ ਦੇਖ ਰਹੀ ਹੈ ਜਿਹੜੇ ਵਾਧੂ ਆਏ ਉਹ ਕਿਰਪਾ ਕਰਕੇ ਬੈਠ ਜਾਣ ਜੇ ਕਿਸੇ ਨੂੰ ਨਾ ਲੈ ਕੇ ਕਿਹਾ ਫਿਰ ਤੁਸੀਂ ਬੈਡ ਫੀਲ ਕਰਦੇ ਜਿਹੜੇ ਵੀਰ ਸਾਡੇ ਐਕਸ਼ਨ ਦੇ ਵਿੱਚ ਨਹੀਂ ਉਹ ਬਹਿ ਜਾਓ ਕਿਰਪਾ ਕਰਕੇ ਦੋਸਤੋ ਮੈਚ ਤੁਸੀਂ ਦੇਖ ਹੀ ਲਿਆ ਇਸ ਮੈਚ ਦੇ ਵਿੱਚ ਪੁਆਇੰਟ ਕਿੰਨੇ ਕਿੰਨੇ ਰਹੇ ਨੇ ਇਹ ਤੁਸੀਂ ਦੱਸਣਾ ਚਲੋ ਇੰਨਾ ਤੁਹਾਨੂੰ ਦੱਸ ਦਿੰਦੇ ਹਾਂ ਕਿ ਟੀਮ ਜਿਹੜੀ ਹੈ ਉਹ ਖਜੂਰਲਾ ਦੀ ਜਿੱਤ ਗਈ ਹੈ ਇਹ ਮੈਚ ਤੁਹਾਨੂੰ ਕਿਹੋ ਜਿਹਾ ਲੱਗਿਆ ਅਤੇ ਕਿਹੜੇ ਕਿਹੜੇ ਖਿਡਾਰੀਆਂ ਦਾ ਪ੍ਰਦਰਸ਼ਨ ਵਧੀਆ ਲੱਗਿਆ ਜ਼ਰੂਰ ਲਿਖੋ ਕਮੈਂਟ ਬਾਕਸ 'ਚ ਔਰ ਸਾਡੇ ਨਾਲ ਜੁੜਦੇ ਰਹੋ ਜੇਕਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਲਿੰਕ 'ਤੇ ਕਲਿੱਕ ਕਰਕੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਤਾਂ ਕਿ ਅੱਗੇ ਤੋਂ ਆਉਣ ਵਾਲੀਆਂ ਜਿਹੜੀਆਂ ਵੀਡੀਓਜ਼ ਹੈਗੀਆਂ ਉਹ ਤੁਹਾਨੂੰ ਮਿਲਦੀਆਂ ਰਹਿਣ ਜੁੜੇ ਰਹੋ ਸਾਡੇ ਨਾਲ ਸ਼ੁਕਰੀਆ